ਲੈਵੀ ਮਿੱਤਰੋ ਸਤਿ ਸ਼੍ਰੀ ਅਕਾਲ ਲੈਵੀ ਸਾਰਿਆਂ ਨੂੰ ਤੁਹਾਨੂੰ ਅੱਜ ਨਵੀਂ ਚੀਜ਼ ਦਿਖਾ ਰਹੇ ਹਾਂ ਇਹ ਹੈਗੀ ਤੁੰਗ ਹਵੇਲੀ ਦੇਖੋ ਜ਼ਰਾ ਅੱਜ ਕੀ ਨੇ ਸ਼ੌਂਕ ਇਹ ਸਰਦਾਰ ਅਵਤਾਰ ਸਿੰਘ ਜੀ ਤੁੰਗ ਆ ਰਹੇ ਨੇ ਇਹ ਕਾਕਾ ਸਾਡਾ ਲਓ ਆ ਸਰਦਾਰ ਜੀ ਦੇਖੋ ਇਹ ਨੇ ਗਹੌਰ ਪਿੰਡ ਦੇ ਸਰਦਾਰ ਅਵਤਾਰ ਸਿੰਘ ਤੁੰਗ ਸਤਿ ਸ਼੍ਰੀ ਅਕਾਲ ਜੀ ਹੁਣ ਬਈ ਮੈਨੂੰ ਫਿਲਮ ਬਣਾਉਣ ਦਿਓ ਤੁਸੀਂ ਇਹਨਾਂ ਨਾਲ ਗੱਲਾਂ ਮਾਰੋ ਮੈਂ ਮਿੱਤਰਾਂ ਨੂੰ ਦਿਖਾਉਣੀ ਹੈ ਲਓ ਬਈ ਤੁਹਾਨੂੰ ਅੱਜ ਮਿੱਤਰੋ ਇਹੋ ਜਿਹੀਆਂ ਚੀਜ਼ਾਂ ਦਿਖਾਵਾਂਗੇ ਇੱਥੇ ਆ ਕੇ ਉਸ ਵਾਲ ਵਾਲੇ ਨਾ ਜੇ ਲਾਲੇ ਆ ਜਾਣ ਉਹਨਾਂ ਦਾ ਵੀ ਗੁੱਸ ਪੈ ਜਾਵੇ ਕਿਉਂ ਰਵੀ ਉਸ ਵਾਲ ਵਾਲਾ ਜੇ ਲਾਲਾ ਇੱਥੇ ਆ ਜਾਵੇ ਉਹਨੇ ਕਹਿਣਾ ਬਈ ਸਰਦਾਰ ਜੀ ਇਹਦੇ ਨਾਲ ਸਾਡੀ ਬਟਾ ਲਓ 10,000 ਵਾਲੀ ਕੋਠੀ 10,000 ਗਜ ਵਾਲੀ ਹਰ ਲਓ ਤੁਹਾਨੂੰ ਵੀਰ ਜੀ ਤੁਸੀਂ ਨਾ ਅੱਜ ਉਹ ਗੱਡੀਆਂ ਖੋਲ ਦੋ ਜਿਹੜੇ ਆਪਣੇ ਕਿੱਥੇ ਨੇ ਸਾਲੀਆਂ ਫਿਰ ਹਨੇਰਾ ਨਾ ਹੋ ਜਾਵੇ ਆਹ ਸਰਦਾਰਾਂ ਦੀਆਂ ਵੀ ਆਪਣੀਆਂ ਗੱਡੀਆਂ ਨੇ ਗੱਡੀਆਂ ਬਹੁਤ ਨੇ ਸਰਦਾਰਾਂ ਕੋਲੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜ਼ਰਾ ਕੀ ਬਾਤ ਹੈ ਲੈ ਵੀ ਸਰਬਜੀਤ ਵੀਰ ਜੀ ਅਸੀਂ ਇੱਦਾਂ ਹੀ ਨਹੀਂ ਸੀ ਕਹਿੰਦੇ ਆ ਦੇਖੋ 1943 ਅਤੇ ਤੁਸੀਂ ਹੁਣ ਇੱਥੇ ਦੇਖੋ ਵੀ ਨਜ਼ਾਰੇ ਕਿਹੜੇ ਕਿਹੜੇ ਨੇ ਹੈਲੋ ਲਓ ਜੀ ਹਰ ਚੀਜ਼ ਦੇਖੋ ਤੁਹਾਨੂੰ ਤਾਂ ਇੱਕ ਇੱਕ ਚੀਜ਼ ਦਿਖਾ ਦੇਵਾਂ ਮੈਂ ਲਓ ਦੇਖੋ ਆਹ ਗੱਡਾ ਖੜਾ ਇਹਦੇ ਨਾਲ ਦਾ ਗੱਡਾ ਨਾ ਕਿਤੋਂ ਲੱਭ ਜਾਵੇ ਤਾਂ ਦੱਸਿਓ ਹੈ ਮਾਲ ਬਹੁਤ ਨੇ ਆਹ ਦੇਖੋ ਪਈਆਂ ਤੰਗਲੀਆਂ ਪੰਜਾਲੀਆਂ ਜਵਾਕਾਂ ਨੂੰ ਪਤਾ ਨਹੀਂ ਹੋਣਾ ਦੇਖੋ ਮੰਜੇ ਆਹ ਇੱਕ ਉਹ ਵੀਰ ਜੀ ਆਹ ਕੀ ਆ ਹਾਂ ਕੈਰੋਸੀਨ ਆਇਲ ਵਾਲਾ ਹੀਟਰ ਆ ਤੇ ਚੱਲਦੇ ਨੇ ਐਵੇਂ ਨਾ ਕਿਤੇ ਕਬਾੜ ਕਬੂੜ ਸਮਝ ਲਈਓ ਆਹ ਮਧਾਣੀ ਹੈ ਆਹ ਦੇਖੋ ਹੁਣ ਅੱਜ ਤਾਂ ਪਿਓ ਦੇ ਪੁੱਤਰੋ ਤੁਹਾਨੂੰ ਮੈਂ ਸਾਰਾ ਕੁਛ ਦਿਖਾਊਂਗਾ ਲੈ ਬਈ ਆਹ ਦੇਖੋ ਹਵੇਲੀ ਗੱਡੀਆਂ ਦਿਖਾਉਂਦੇ ਹਾਂ ਵੀਰ ਜੀ ਦੇ ਵੀਰ ਜੀ ਉਹ ਪਹਿਲਾਂ ਤਾਂ ਉਹ ਦਿਖਾਓ ਰਸ਼ੀਅਨ ਟਰੱਕ ਹਰਸ਼ ਨੇ ਚੀਕਾਂ ਮਾਰੀ ਜਾਂਦਾ ਉਦੋਂ ਦਾ ਕਰਨਲ ਬਾਲੀ ਨੂੰ ਕਹਿੰਦਾ ਅੰਕਲ ਹੈ ਹਾਂ ਅੰਕਲ ਸਾਨੂੰ ਤਾਂ ਰਸ਼ੀਅਨ ਟਰੱਕ ਲੈ ਕੇ ਦਿਓ ਆ ਦੇਖੋ ਬਈ ਇਹ ਨੇ ਵੀਰ ਜੀ ਦਾ ਰਸ਼ੀਅਨ ਟਰੱਕ ਇਹ ਵਨ ਟਨ ਨਿਸ਼ਾਨ ਉਹ ਖੜਾ ਆ ਦੇਖੋ ਆ ਕੇ ਦੇਖੋ ਆ ਸਭ ਕੁਛ ਇੱਥੇ ਵੀਰ ਜੀ ਦਾ ਮਜ਼ੇ ਦੀ ਗੱਲ ਤਾਂ ਇਹ ਹੈ ਬਈ ਸਭ ਕੁਛ ਸਟਾਰਟ ਆ ਸਰਦਾਰ ਜੀ ਦੀ ਐਨਰਜੀ ਦੇਖੋ ਤੁਸੀਂ ਸਟਾਰਟ ਕਰਦੇ ਨੇ ਸਟਾਰਟ ਪੈਟਰੋਲ ਨੇ ਓਏ ਹੋਏ ਵੀਰ ਜੀ ਆਹ ਲਿਆਂਦਾ ਨਵਾਂ ਹੀ ਆ ਯਾਰ ਉਹ ਯਾਰ ਵੀਰ ਜੀ ਉਹ ਯਾਰ ਇਹ ਤਾਂ ਜਮਾਂ ਹੀ ਨਵਾਂ ਮਿਲ ਗਿਆ ਹੈ ਓਏ ਹੋਏ ਹੋਏ ਉਹ ਵੀਰ ਜੀ ਅੱਛਾ ਜੀ ਇਹ ਮਿਲਟਰੀ ਨੇ ਮੰਗਾਇਆ ਸੀ ਰਸ਼ੀਆ ਨੇ ਨਵਾਂ ਹੀ ਟਰੱਕ ਤੇ ਭਾਈ ਉਹਨਾਂ ਕੋਲੋਂ ਹੋ ਗਿਆ ਖਰਾਬ ਹੁਣ ਸਰਦਾਰ ਜੀ ਨੇ ਤੇ 10-15 ਲੱਖ ਲਾ ਕੇ ਚਮਕਾ ਦਿੱਤਾ ਸ਼ੌਂਕ ਨਜ਼ਾਰੇ ਨੇ ਆਹ ਦੇਖੋ ਗੱਡੀਆਂ ਮਰੂਤੀ ਵੀ ਖੜੀ ਆ ਨਵੀਂ ਐਨ ਆਹ ਨਿੱਕੀ ਮਰੂਤੀ ਜਿੱਦਣ ਚੱਲੀ ਸੀ ਆਹ ਦੇਖੋ ਲੂਨਾ ਸਕੂਟਰੀ ਵੀ ਖੜੀ ਆ ਕਿਤੇ ਭੁਲੇਖੇ 'ਚ ਨਾ ਰਹਿ ਜਾਈਓ ਆਹ ਇੰਜਣ ਪਏ ਨੇ ਸਰਦਾਰਾਂ ਦੇ ਸਪੇਅਰ ਆਹ ਦੇਖੋ ਪਿੱਤਲ ਦੀ ਜੀਪ ਆ ਜੇ ਤੁਹਾਨੂੰ ਇਹਦੀ ਸਟੋਰੀ ਸੁਣਾ ਦਈਏ ਨਾ ਸਰਬਜੀਤ ਵੀਰ ਜੀ ਇਹ ਪਿੱਤਲ ਦੀ ਜੀਪ ਆ 5 ਸਾਲ ਇਹਨਾਂ ਨੇ ਉੱਥੇ ਜਾਂਦੇ ਰਹੇ ਨੇ ਜੈਪੁਰ ਉੱਥੇ ਪਿੱਤਲ ਦੇ ਕੇ ਆਏ ਇੱਕ ਇੱਕ ਪੀਸ ਲਿਆਂਦਾ 5 ਸਾਲ 'ਚ ਤਿਆਰ ਕਰਾਈ ਆ ਪਿੱਤਲ ਦੀ ਜੀਪ ਆਹ ਲੈ ਇਹ ਜੇ ਹੁਣ ਕਹੀਏ ਪਿੱਤਲ ਦੀ ਜੀਪ ਇਹ ਨਾਲੇ ਪਿੱਤਲ ਹਿੰਦੁਸਤਾਨੀ ਪਿੱਤਲ ਫੇਲ ਹੋ ਗਿਆ ਸੀਗਾ ਫਿਰ ਇਹਨਾਂ ਨੇ ਇੰਗਲੈਂਡ ਤੋਂ ਪਿੱਤਲ ਮੰਗਾਇਆ ਦੇਖੋ ਇਹ ਨੇ ਸਰਦਾਰਾਂ ਦੇ ਸ਼ੌਂਕ ਆ ਦੇਖ ਬੁਲਟ ਖੜਾ ਹੈ ਪਿੱਤਲ ਦੀ ਜੀਪ 'ਚ ਜਿੱਦਣ ਹੁਣ ਆਏ ਸਰਬਜੀਤ ਵੀਰ ਜੀ ਨੂੰ ਗੇੜੇ ਕਢਾਵਾਂਗੇ ਦੇਖ ਲਓ ਲਾ ਦੀਂਦਾ ਸਾਰਾ ਪਿੱਤਲ ਵੱਡੇ ਸਰਦਾਰੋ ਇਹ ਨੇ ਸ਼ੌਂਕ ਇਹਦਾ ਕੋਈ ਮੁੱਲ ਹੈਗਾ ਦੱਸੋ ਇਹ ਬੇਮੁੱਲਾ ਧਨ ਆ ਦੇਖ ਲਓ ਜਿਉਂਗੇ ਖੜੇ ਹੈ ਐਂ ਲੱਗਦਾ ਫੌਜੀ ਹੁਣੇ ਖੜਾ ਕੇ ਗਏ ਨੇ ਵਾਹ
ਬੱਲੇ 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 ਵੀਰ ਜੀ, ਹੁਣ ਠੀਕ ਟਿਕਾਣੇ ਤੇ ਖੜਾਈ ਹੈ। ਗੁੱਡ, ਹੁਣ ਇਹਨਾਂ ਨੂੰ ਟਰੰਕਾਂ ਪੇਟੀਆਂ ਵਾਲਾ ਵੀ ਦਿਖਾ ਦਈਏ। ਚਲੋ ਦਿਖਾ ਦਿੰਦੇ, ਐਂ ਦੀ ਚੱਲੀਏ। ਚਲੋ ਚਲੋ ਐਂ ਦੀ ਚੱਲੋ ਬਈ, ਐਂ ਦੀ ਚੱਲੋ। ਦੇਖੋ ਵੀਰ ਜੀ, ਇੰਨਾ ਮੈਨੇਜ ਹੀ ਨਹੀਂ ਕਰ ਸਕਦਾ ਕੋਈ। ਮੈਂ ਤਾਂ ਰਵੀ ਨਾਲ ਗੱਲਾਂ ਕਰਦਾ ਹੁਣ, ਮੈਂ ਕਿਹਾ ਰਵੀ ਯਾਰ ਵੀਰ ਜੀ ਰੋਜ਼ ਸਟਾਰਟ ਕਰਾਉਂਦੇ ਹੋੜੇ ਰੇ, ਹੈ ਦੱਸ। ਹਾਂ ਲੈ ਫੁਹਾਰੇ ਚਲਾ ਤੇ ਇਹਨੇ ਸਰਦਾਰ। ਹਜੇ ਤਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ, ਅਸੀਂ ਵੱਡਾ ਸਾਰਾ ਇੰਜਣ ਉਹ ਗੱਡਾ ਟਿਕਾਣੇ ਪਹੁੰਚਾ ਤਾ ਬਈ। ਭੈਣ ਜੀ ਅੱਜ ਟੀਵੀ ਵਾਲੇ ਆਏ ਨੇ ਦੂਰਦਰਸ਼ਨ ਕੇਂਦਰ ਜਲੰਧਰ। ਬਾਕੀ ਹੋਰ ਭੈਣ ਜੀ ਠੀਕ ਹੋ? ਦੂਰਦਰਸ਼ਨ ਕੇਂਦਰ ਜਲੰਧਰ ਲਓ ਬਈ, ਇੱਧਰ ਨੂੰ ਵੀ ਦੇਖ ਲਓ। ਅਜੇ ਤੁਹਾਨੂੰ ਦਿਖਾਉਣ ਨੂੰ ਬਹੁਤ ਕੁਛ ਆ, ਇੱਥੇ ਤਾਂ ਚਾਹੇ 7 ਦਿਨ ਫੋਟੋਆਂ ਖਿੱਚੀ ਜਾਓ, ਵੀਡੀਓ ਬਣਾਈ ਜਾਓ, ਬੜੇ ਮਾਲ ਨੇ ਸਰਦਾਰਾਂ ਕੋਲੇ। ਇਹਦੇ ਵਿੱਚ ਇਹੋ ਜਿਹੀਆਂ ਕਲੈਕਸ਼ਨਾਂ ਪਈਆਂ ਬਈ ਜਿਹੜੀਆਂ ਕਿਤੋਂ ਮਿਲਦੀਆਂ ਨਹੀਂ, ਅਮੁੱਲੇ ਧਨ। ਆ ਦੇਖੋ ਗੱਡਾ ਖੜਾ, ਇਹ ਵੀ ਕਿਤੇ ਬੇਬੇ ਨੂੰ ਕਿਸੇ ਨੇ ਦਾਤ ਚ। ਵੀਰ ਜੀ ਇਹਦੀ ਕੀ ਹਿਸਟਰੀ ਆ? 1940 ਦਾ ਇਹ ਆਪਣਾ ਇਹਨਾਂ ਦਾ ਸਰਦਾਰਾਂ ਦਾ ਗੱਡਾ। ਇੱਥੇ ਬੁੜੀਆਂ ਚੱਕ ਚੱਕ ਕੇ ਪਿੱਤਲ ਦੇ ਭਾਂਡੇ ਵੇਚ ਆਈਆਂ, ਸਟੀਲ ਦੀਆਂ ਕੌਲੀਆਂ ਲੈ ਕੇ ਬਹਿ ਜਾਂਦੀਆਂ, ਸਟੀਲ ਦੇ ਦੇ। ਆ ਦੇਖੋ ਹਜੇ ਮਾਲ ਤਾਂ ਜਿੰਨਾ ਕੁ ਮੈਂ ਲੰਬਾ, ਤੁਹਾਡੀ ਪਤਨੀ ਕੈਮਰਾ ਕੂਮਰਾ ਮੈਂ ਤਾਂ ਬਣਾ ਦਵਾਂ ਤਾਂ ਇੱਥੇ ਮੁੱਕਣਾ ਹੀ ਨਹੀਂ। ਇੱਕ ਤੁਹਾਨੂੰ ਇਹਦੇ 'ਚ ਹੀ ਦਿਖਾ ਦਿੰਦੇ ਹਾਂ, ਉਹ ਦੇਖੋ ਰਸ਼ੀਅਨ। ਵੀਰ ਜੀ ਰਸ਼ੀਅਨ ਹੈ ਨਾ ਇਹ? ਰਸਟਨ ਇੰਜਣ ਆ। ਕਿੱਥੇ ਦਾ ਇਹ ਵੀਰ ਜੀ? ਇੰਗਲੈਂਡ ਦਾ। ਇਹਦਾ 12.5 ਕੁਇੰਟਲ ਦਾ ਚੱਕਾ ਚੱਕਾ, ਗਸ਼ ਪੈ ਜਾਣੇ ਆ ਤੁਹਾਡੇ ਸੁਣ ਕੇ ਜੇ ਚੱਕਾ ਚੱਕਣਾ ਹੋਵੇ ਇਕੱਲਾ, ਬਾਕੀ ਇੰਜਣ ਦੀ ਕੋਈ ਗੱਲ ਨਹੀਂ। ਆ ਦੇਖੋ ਪੁਰਜੇ, ਦੇਖੋ ਆ ਕਲਾੜੀ ਲਾਈ ਆ। ਫਕੀਰ ਚੰਦ ਜੋ ਯਮਲੇ ਜੱਟ ਦੇ ਨਾਂ ਨਾਲ ਜਾਣੇ ਗਏ, ਇਹਨਾਂ ਦਾ ਜਨਮ ਹੋਇਆ ਪਾਕਿਸਤਾਨ ਪੰਜਾਬ ਦੇ ਲਿਆਲਪੁਰ ਡਿਸਟ੍ਰਿਕਟ ਵਿਖੇ, ਖੇਰਾ ਰਾਮ ਤੇ ਹਰਨਾਮ ਕੌਰ ਦੇ ਘਰ। ਇਹਨਾਂ ਨੇ ਆਪਣਾ ਬਚਪਨ ਖੜਾ ਗੰਨਾ ਇਹ ਨੂੰ ਲਾਈ ਆ ਇਹਨਾਂ ਨੇ ਕਲਾੜੀ, ਪਹਿਲੀ ਪ੍ਰੇਰਨਾ ਇਹਨਾਂ ਨੂੰ ਤੇ ਫੇਰ ਇਹ ਰਸ ਪਲਾਉਂਦੇ ਨੇ। ਆਏ ਗੋਏ ਸੱਜਣ ਪਿਆਰਿਆਂ ਨੂੰ ਕਿਉਂ ਹਰਸ਼ ਇਹਨਾਂ ਨੇ ਛੋਟੀ ਉਮਰ ਲੈ ਬਈ ਸਿੱਖਿਆ ਐਸੇ ਕਰਕੇ।